ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ। ਫਿਲਮ ਦੀ ਪੂਰੀ ਟੀਮ ਇੱਥੇ ਆਈ ਹੋਈ ਹੈ ਤੇ ਮੈਂ ਸਭ ਤੋਂ ਪਹਿਲਾਂ ਸਟੇਜ ਤੇ ਉਹਨੂੰ ਬੁਲਾਉਣਾ ਚਾਹੂੰਗਾ ਪਲੀਜ਼, ਜਿਹੜੇ ਨਗਾਰਾ ਜਿਹਨੂੰ ਇਕੱਠੀ ਕੀਤੀ, ਕਿਉਂਕਿ ਆਪਾਂ ਮੈਂ ਬਿਲਕੁਲ ਇੱਥੇ ਹਾਂਜੀ ਮੈਂ ਸਰਨ ਬੁਲਾਉਂਗਾ, ਪਰ ਮੇਰਾ ਇੱਕ ਸਟੇਜ ਤੇ ਮੇਰੇ ਨਾਲ ਜਿਹੜੇ ਹਰ ਵਕਤ ਰਹਿਣ ਮੈਂ ਜ਼ਰੂਰ ਚਾਹੂੰਗਾ, ਹਰਪਾਲ ਸਿੰਘ ਜੀ ਪਲੀਜ਼। ਸ਼ਾਨੇ ਖਾਲਸਾ ਪ੍ਰੋਟੈਕਸ਼ਨ ਵੱਲੋਂ ਜਿਹੜੀ ਨਗਾਰਾ ਪਿਕਚਰ ਬਣੀ ਹੈ, ਮੈਂ ਡਾਕਟਰ ਰਵਿੰਦਰ ਜੀ ਦਾ, ਇਹਨਾਂ ਦੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਜੇ ਅਸੀਂ ਪਤਤ ਬਣੇ ਅਤੇ ਨਸ਼ੇ ਤੋਂ ਜੇ ਨਿਜਾਤ ਪਾਣੀ ਹੈ ਤਾਂ ਸਾਨੂੰ ਆਪਣੇ ਪੁਰਾਤਨ ਸਿੱਖਾਂ ਬਾਰੇ, ਜਿਨ੍ਹਾਂ ਨੇ ਸਿਰ ਦੀਆਂ ਸ਼ਹਾਦਤਾਂ ਦੇ ਕੇ ਸਾਨੂੰ ਅੱਜ ਪੰਜਾਬ ਨੂੰ ਨਹੀਂ ਸਮੁੱਚੇ ਦੁਨੀਆ ਦੇ ਵਿੱਚ ਦੇਸ਼ ਦਾ ਨਾਮ ਕਮਾਇਆ, ਇਹੋ ਜਿਹੀਆਂ ਪਿਕਚਰਾਂ ਬਣਨੀਆਂ ਚਾਹੀਦੀਆਂ ਜਿਹਦੇ ਨਾਲ ਮੋਰਲ ਸਾਨੂੰ ਸਪੋਰਟ ਮਿਲਦੀ ਹੈ। ਸਿੱਖੀ ਜਿਹੜੀ 86% ਤੋਂ ਵੱਧ ਪੰਜਾਬੀ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਪਹਿਲੇ ਆਜ਼ਾਦੀ ਦੀ ਗੱਲ ਕਰੀਏ ਤਾਂ ਪਹਿਲੀ ਆਜ਼ਾਦੀ ਸਿੱਖਾਂ ਨੇ ਲੈ ਕੇ ਆਉਂਦੀ ਸੀ ਅਤੇ ਉਹਦੇ ਵਿੱਚ ਮੈਂ ਸਮਝਦਾ ਵੀ ਭਾਈ ਜੈ ਸਿੰਘ ਜੀ ਦੀ ਜਿਹੜੀ ਉਹਨਾਂ ਨੇ ਜੀਵਨੀ ਦਿਖਾਈ ਆ ਕੰਪੇਅਰ ਕੀਤੀ ਅੱਜ ਦੇ ਲੋਕਾਂ ਦੇ ਨਾਲ, ਬਹੁਤ ਜ਼ਰੂਰਤ ਸੀ। ਨੌਜਵਾਨ ਪੀੜ੍ਹੀ ਅੱਜ ਮੀਡੀਆ ਦਾ ਪ੍ਰਭਾਵਿਤ ਹੈ ਅਤੇ ਮੈਂ ਸਮਝਦਾ ਇੱਦਾਂ ਦੀ ਪਿਕਚਰਾਂ ਬਣਨੀਆਂ ਚਾਹੀਦੀਆਂ, ਇਹਨਾਂ ਨੂੰ ਪੂਰਾ ਸਹਿਯੋਗ ਮਿਲਣਾ ਚਾਹੀਦਾ, ਜਦਕਿ ਮੀਡੀਆ ਦਾ ਸਹਿਯੋਗ ਬਹੁਤ ਵੱਡਾ ਜ਼ਰੂਰੀ, ਆਮ ਬੰਦੇ ਦਾ ਸਹਿਯੋਗ ਚਾਹੀਦਾ, ਪਰ ਮੈਂ ਸਮਝਦਾ ਕਿ ਇਹਨਾਂ ਨੇ ਬਹੁਤ ਵੱਡਾ ਇੱਕ ਪਲੰਘ ਪੱਟੀ ਹੈ ਅਤੇ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸਰ।